ਆ ਜਦੋਂ ਇੱਥੋਂ ਦੀ ਟੱਪਦੇ ਜਾਂਦੇ ਸੀ, ਇਹਨਾਂ ਦੇ ਅਫਸਰ ਕਹਿੰਦੇ ਤੁਹਾਨੂੰ ਨਹੀਂ ਜਾਣ ਦਿੰਦੇ ਦਿੱਲੀ। ਅਸੀਂ ਕਿਹਾ ਕੋਈ ਨੀ, ਫਿਰ ਦਿੱਲੀ ਨੂੰ ਹੀ ਹੱਥ ਲਾ ਕੇ ਆਉਣੇ ਆ, ਉਹਨਾਂ ਦੀ ਹਿੱਕ ਤੇ ਜਾ ਕੇ ਗਾਹ ਪਾ ਕੇ ਆਉਣੇ ਆ, ਉੱਥੇ ਜਾ ਕੇ ਉਹ ਤੁਹਾਡੇ ਕੋਲ ਆਉਣੇ ਆ। ਗੱਲ ਇਹ ਆ ਵੀ ਜਿੱਥੇ ਆਪਾਂ ਆ ਗਏ ਅੱਜ, ਪਹਿਲੀ ਗੱਲ ਤਾਂ ਆਪਾਂ ਸਿੱਧੀ ਐਨ ਆਨੇ ਵਾਲੀ ਕਰੀਏ, ਇਹ ਇਨਕਲਾਬ ਆ ਇਹ ਬਿਲਕੁਲ। ਕੋਈ ਨੀ ਪਹਿਲਾਂ ਬਾਈ ਨੂੰ, ਬਾਈ ਜੀ ਲੜਾਈ ਸਾਡੇ ਘਰਾਂ ਚ ਆਵੜੀ ਆ ਤੇ ਫੈਸਲਾ ਕੁੰਨ ਲੜਾਈ ਆ, ਇਹ ਫੈਸਲਾ ਕੁੰਨ ਬਿਲਕੁਲ। ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਲੋਕਾਂ ਦੇ ਜਜ਼ਬਾਤਾਂ ਨੂੰ ਸਮਝੋ, ਲੋਕਾਂ ਦੇ ਵਿਚ ਉਹਨਾਂ ਦੇ ਜੋ ਹੱਕ ਆ ਉਹਨਾਂ ਨੂੰ ਸਮਝੋ। ਲੋਕ ਆਪਦੇ ਹੱਕਾਂ ਲਈ ਆਏ ਆ ਇੱਥੇ ਤੇ ਲੋਕ ਨਿਰਾਸ਼ ਹੋ ਕੇ ਨਾ ਜਾਣ, ਤਿੰਨ ਕਾਨੂੰਨ ਵਾਪਸ ਲੈ ਲੋ, ਇਹ ਤੋਂ ਥੱਲੇ ਅਸੀਂ ਗੱਲ ਨੀ ਕਰਦੇ ਬਿਲਕੁਲ। ਅਗਲੀ ਗੱਲ ਬਾਈ ਜੀ, ਇੱਕ ਮਿੰਟ, ਕੋਈ ਨੀ ਹਾਂਜੀ ਨਹੀਂ ਜੀ, ਕੋਈ ਜਥੇਬੰਦੀਆਂ ਦੀ ਕੋਈ ਅਸੀਂ ਤਾਂ ਦੇਖੋ ਨਹੀਂ, ਜਥੇਬੰਦੀਆਂ ਦੀ ਤਾਂ ਬਹੁਤ ਅਸੀਂ ਸਰਾਹਨਾ ਕਰਦੇ ਆ, ਪਰ ਅੱਜ ਜਿੱਥੇ ਨਹੀਂ ਜਿੱਥੇ ਗੱਲ ਅੱਜ ਆ ਕੇ ਖੜੀ ਹੋ ਗਈ ਆ, ਅੱਛਾ ਸਾਨੂੰ ਕਿਸੇ ਬਲਾੜੀ ਵਾਲੇ ਗਰਾਊਂਡ ਚ ਜੇ ਤੁਸੀਂ ਲੈ ਜਾਓਗੇ ਉੱਥੇ ਤਾਂ ਘੇਰ ਲੈਣਗੇ ਸਾਨੂੰ, ਅੱਜ ਅਸੀਂ ਘੇਰੀ ਖੜੇ ਆ। ਸੋ ਲੋਕ ਆਪਦੇ ਹੱਕਾਂ ਲਈ ਲੜੀ ਜਾਂਦੇ ਆ, ਲੋਕਾਂ ਦੇ ਜਜ਼ਬਾਤਾਂ ਨੂੰ ਸਮਝੋ, ਵੈਰੀ ਗੁੱਡ। ਔਰ ਜੋ ਫੈਸਲੇ ਲਏ ਜਾਣ ਇਹਨਾਂ ਦੇ ਜਜ਼ਬਾਤਾਂ ਦੇ ਆਧਾਰ ਤੇ ਲਏ ਜਾਣ, ਇਹਨਾਂ ਦੀ ਹਿੱਤਾਂ ਚ ਲੋਕਾਂ ਦੇ ਹੱਕਾਂ ਖਾਤਰ ਲਏ ਜਾਣ, ਇਹੀ ਗੱਲ ਆ, ਹੋਰ ਤਾਂ ਕੋਈ ਗੱਲ ਹੀ ਨੀ ਹੈ ਜੀ। ਇੱਕ ਮਿੰਟ ਜੀ, ਬਸ ਇੱਕ ਹੀ ਮਿੰਟ ਆਪਾਂ ਕਰਦੇ ਆ। ਅੱਜ ਜੇ ਦਿੱਲੀ ਨੇ ਡਰਨਾ ਤਾਂ ਸਾਡੇ ਏਕੇ ਤੋਂ ਡਰਨਾ, ਇਹ ਤੋਂ ਬਿਨਾਂ ਕੋਈ ਸ਼ੱਕ ਨੀ। ਬਿਲਕੁਲ, ਜੇ ਡਰਨਾ ਤਾਂ ਸਾਡੇ ਏਕੇ ਤੋਂ ਡਰਨਾ, ਅਸੀਂ ਏਕਾ ਬਣਾ ਕੇ ਰੱਖੋ, ਇੱਥੇ ਡੇਰਾ ਲਈ ਬੈਠੇ ਨਾਲ ਬੈਠੇ ਆ, ਇੱਥੇ ਸਾਡੇ ਨਾਲ ਜੇ ਗੱਲ ਕਰਨੀ ਹੈ ਇੱਥੇ ਆ ਕੇ ਗੱਲ ਕਰੋ, ਅਸੀਂ ਕਿਸੇ ਕਮਲਿਆਂ ਚ ਬਹਿ ਕੇ ਕਿਸੇ ਨਾਲ ਗੱਲ ਨੀ ਕਰਾਂਗੇ। ਇੱਥੇ ਸੰਗਤ ਚ ਹੋਊਗੀ, ਸੰਗਤ ਫੈਸਲਾ ਕਰੂਗੀ, ਸੰਗਤ ਗੁਰੂ ਦੇ ਰੂਪਾ ਕਰੂਗੀ, ਸੰਗਤ ਕਰੇ ਲੋਕਾਂ ਦੇ ਹੱਕਾਂ ਆਪਦੇ ਹੱਕਾਂ ਖਾਤਰ ਆਪਦੇ ਹਿੱਤਾਂ ਚ ਰਹਿ ਕੇ ਫੈਸਲਾ ਜੋ ਲੈ ਲੈਣਗੇ, ਉਸ ਤੋਂ ਬਾਅਦ ਲੋਕ ਦੇਖਣ, ਪੰਜਾਬ ਦੇਖਣ, ਇੰਨੀ ਕੁ ਗੱਲ ਹੀ ਆ ਨਾ, ਇੱਥੋਂ ਤਾਂ ਉੱਤੇ ਕੋਈ ਗੱਲ ਹੀ ਨੀ ਆ। ਸੋ ਏਕਾ ਬਣਾ ਕੇ ਰੱਖੀਏ, ਕੋਈ ਜਥੇਬੰਦੀਆਂ ਨੂੰ ਦੇਖੋ, ਜਥੇਬੰਦੀਆਂ ਨੂੰ ਕੋਈ ਵੀ ਬੰਦਾ ਜਥੇਬੰਦੀਆਂ ਦੀ ਸਰਾਹਨਾ ਕਰਦੇ ਆ ਅਸੀਂ, ਪਰ ਸਾਡੇ ਚ ਰੈਲਾਂ ਨੇ ਬਹੁਤ ਸੰਘਰਸ਼ ਵੇਚੇ ਆ, ਪਹਿਲਾਂ ਬੜੇ ਸੰਘਰਸ਼ ਵੇਚੇ ਆ। ਲੋਕ ਹਮੇਸ਼ਾ ਹੌਸਲਾ ਦਿਖਾਉਂਦੇ ਆ, ਲੋਕ ਹਮਾਇਤ ਦੇ ਦਿੰਦੇ ਆ, ਜਰਨੈਲ ਜਾ ਕੇ ਮੁੜ ਕੇ ਸੰਘਰਸ਼ ਵੇਚੇ ਆਉਂਦੇ ਆ, ਐਕਟੀਆਂ ਅਸੀਂ ਨੀ ਹੋਣ ਦੇਣਾ, ਲੋਕਾਂ ਦਾ ਸੰਘਰਸ਼ ਆ, ਲੋਕ ਫੈਸਲਾ ਲੈਣ, ਪੰਜਾਬ ਫੈਸਲਾ ਲੈਣ। ਧੰਨਵਾਦ ਸਾਥੀਓ।